ਸ੍ਰੀ ਅਕਾਲ ਤਖ਼ਤ ਸਾਹਿਬ 'ਚ ਪੇਸ਼ ਹੋਏ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਹਿੱਤ ਨੂੰ 5 ਸਿੰਘ ਸਾਹਿਬਾਨਾਂ ਵੱਲੋਂ ਧਾਰਮਿਕ ਤਨਖਾਹ ਲਗਾਈ ਗਈ ਹੈ। ਇਸ ਤਨਖਾਹ ਦੌਰਾਨ ਉਹਨਾਂ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ 'ਚ 7 ਦਿਨ ਜੋੜਿਆਂ ਦੀ ਸੇਵਾ, ਬਰਤਨ ਸਾਫ਼ ਕਰਨ ਦੀ ਸੇਵਾ ਅਤੇ 1-1 ਘੰਟਾ ਕੀਰਤਨ ਸਰਵਣ ਕਰਨ ਦੀ ਸੇਵਾ ਲਗਾਈ ਗਈ ਹੈ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 'ਚ ਵੀ 1-1 ਘੰਟਾ 5 ਦਿਨ ਸੇਵਾ ਕਰਨ ਅਤੇ ਦੋਵੇਂ ਗੁਰੂ ਧਾਮਾਂ ਉੱਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਅਤੇ ਦੇਗ ਲਈ 5100 ਰੁਪਏ ਭੇਟ ਕਰਨ ਦੀ ਧਾਰਮਿਕ ਸਜ਼ਾ ਸੁਣਾਈ ਗਈ ਹੈ। ਪ੍ਰਧਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਨੇ 1 ਵਿਅਕਤੀ ਵਿਸ਼ੇਸ਼ ਲਈ ਅਕਾਲ ਪੁਰਖ ਅਤੇ ਗੁਰੂ ਸਾਹਿਬ ਲਈ ਵਰਤੇ ਜਾਣ ਵਾਲੇ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਸੀ, ਜਿਸ ਨੂੰ ਅੱਜ ਮਿਤੀ 15 ਮਾਘ ਨਾਨਕਸ਼ਾਹੀ ਸੰਮਤ 550 ਮੁਤਾਬਕ 28-1-2019 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਤਲਬ ਕੀਤਾ ਗਿਆ, ਜਿਸ ਨੇ ਗੁਰੂ ਗ੍ਰੰਥ ਗੁਰੂ ਪੰਥ ਪਾਸੋਂ ਆਪਣੀ ਕੀਤੀ ਭੁੱਲ ਲਈ ਖਿਮਾ ਮੰਗੀ। ਪੰਥ ਸਿੰਘ ਸਾਹਿਬਾਨ ਵੱਲੋਂ ਇਸ ਨੂੰ ਹੇਠ ਲਿਖੇ ਅਨੁਸਾਰ ਤਨਖਾਹ ਲਾਈ ਗਈ। 7 ਦਿਨ ਤੱਕ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ 1-1 ਘੰਟਾ ਸੰਗਤਾਂ ਦੇ ਜੋੜੇ ਝਾੜਨ, ਬਰਤਨ ਮਾਂਜਣ ਅਤੇ ਬੈਠ ਕੇ ਕੀਰਤਨ ਸਰਵਣ ਕਰਨ, 5 ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ 1-1 ਘੰਟਾ ਸੰਗਤਾਂ ਦੇ ਜੋੜੇ ਝਾੜਨ, ਬਰਤਨ ਮਾਂਜਣ ਅਤੇ ਬੈਠ ਕੇ ਕੀਰਤਨ ਸਰਵਣ ਕਰਨ। ਸੇਵਾ ਦੌਰਾਨ ਦੋਹਾਂ ਹੀ ਪਾਵਨ ਅਸਥਾਨਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਹਾਜ਼ਰੀ ਭਰ ਕੇ ਹੁਕਮਨਾਮਾ ਸਰਵਣ ਕਰਨ, ਸੇਵਾ ਪੂਰੀ ਹੋਣ 'ਤੇ 1-1 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਉਣਗੇ ਅਤੇ ਬਾਣੀ ਸਰਵਣ ਕਰਨਗੇ ਅਤੇ ਦੋਹਾਂ ਹੀ ਪਾਵਨ ਸਥਾਨਾਂ 'ਤੇ 51-5100 ਰੁਪਏ ਬਾਬਤ ਕੜਾ ਪ੍ਰਸ਼ਾਦੀ ਦੇ ਕਰਵਾ ਕੇ ਖਿਮਾ ਜਾਚਣਾ ਵਾਸਤੇ ਅਰਦਾਸ ਬੇਨਤੀ ਕਰਨਗੇ। ਮੈਂ ਕਹਿੰਦਾ ਜੇ ਮੈਂ ਮਨ ਬਣਾ ਲਿਆ ਮੈਂ ਕੋਈ ਸਜ਼ਾ ਹੁਣ ਜੱਜ ਸਜ਼ਾ ਦਿੰਦਾ ਤਾਂ ਮੈਂ ਸੰਤੁਸ਼ਟ ਹੋਵਾਂ ਨਾ ਹੋਵਾਂ, ਮੇਰਾ ਕੀ ਮੇਰਾ ਰੋਲ ਕੀ ਇਹਦੇ 'ਤੇ? ਜੇ ਨਹੀਂ ਸੰਤੁਸ਼ਟ ਹੋ ਗਿਆ ਫਿਰ ਮੈਂ ਪੱਕੀ ਹੋ ਜਾਊਂ, ਮੈਂ ਵੱਜੂਗਾ। ਮੈਂ ਜਦ ਮੰਨਦਾ ਇੱਕ ਸਿੰਘ ਸਾਹਿਬ ਮੇਰਾ ਮੇਰਾ ਮਾਲਕ ਆ ਅਕਾਲ ਤਖ਼ਤ, ਮੈਂ ਅਕਾਲ ਤਖ਼ਤ ਤੋਂ ਮੁੜਕਰ ਹੋ ਹੀ ਨਹੀਂ ਸਕਦਾ। ਉਹ ਜਿਹੜੀ ਵੀ ਸੇਵਾ ਲਾਈ ਆ ਠੀਕ ਆ, ਤੁਹਾਨੂੰ ਲਾਈ ਮੈਂ ਉਹਨੂੰ ਮੰਨਿਆ, ਸਿਰਫ ਆਪ ਮੈਂ ਕਬੂਲ ਕੀਤਾ, ਮੈਂ ਗੁਨਾਹ ਵੀ ਕਬੂਲ ਕੀਤਾ, ਸੇਵਾ ਵੀ ਕਬੂਲ ਕੀਤੀ ਹੈ।